ਸਾਨੂੰ ਤਸਵੀਰਾਂ ਦਿਖਾ ਰਹੇ ਆ ਸੜਕ ਦੇ ਉੱਤੇ, ਜਿਹੜਾ ਕਿਨੂੰ ਖਿਲਾਰ ਦਿੱਤਾ ਗਿਆ ਜੀ ਡੀਸੀ ਦਫ਼ਤਰ ਦੇ ਸਾਹਮਣੇ, ਜਿਹੜਾ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਨੇ, ਬਾਹਰ ਦੀਆਂ ਨੇ, ਜਿੱਥੇ ਕਿੰਨੂ ਹੀ ਕਿੰਨੂ ਸੜਕਾਂ ਦੇ ਉੱਪਰ ਕਿੰਨੂ ਹੀ ਕਿੰਨੂ ਹੋ ਗਿਆ, ਜਿਹੜੇ ਕਿਸਾਨਾਂ ਵੱਲੋਂ ਜਿਹੜਾ ਆਪਣਾ ਵੱਖਰੇ ਤਰ੍ਹਾਂ ਢੰਗ ਨਾਲ ਜਿਹੜਾ ਪ੍ਰਦਰਸ਼ਨ ਕਰਦਿਆਂ ਹੋਇਆ ਆਪਣੇ ਪੁੱਤਾਂ ਵਾਂਗ ਫਾਲੀ ਹੋਈ ਫਸਲ ਨੂੰ ਜਿਹੜਾ ਸੜਕ 'ਤੇ ਸੁੱਟ ਦਿੱਤਾ ਗਿਆ, ਜਿਸ ਦੇ ਪਿੱਛੇ ਦਾ ਕਾਰਨ ਜਿਹੜਾ ਕਿੰਨੂਆਂ ਦੇ ਭਾਅ ਨਾ ਮਿਲਣਾ ਹੈ, ਪੰਜਾਬ ਐਗਰੋ ਦੇ ਵੱਲੋਂ ਜਿਹੜੀ ਇਹ ਖਰੀਦ ਦੀ ਮੰਗ ਕੀਤੀ ਜਾ ਰਹੀ ਹੈ ਬਾਗਬਾਨਾਂ ਵੱਲੋਂ, ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਕਿੰਨੂ ਜਿਹੜਾ ਪੈਦਾਵਾਰ ਹੋਈ ਅਤੇ ਬੰਪਰ ਪੈਦਾਵਾਰ ਹੋਈ ਫਾਜ਼ਿਲਕਾ ਜ਼ਿਲ੍ਹੇ ਦੇ, ਤੁਹਾਨੂੰ ਦੱਸ ਦਈਏ ਕਿ ਅਬੋਹਰ ਜਿਹੜਾ ਇਲਾਕਾ ਹੈ ਉਹ ਕੈਲੀਫੋਰਨੀਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿੰਨੂ ਦੀ ਖੇਤੀ ਨੂੰ ਲੈ ਕੇ, ਪਰ ਅੱਜ ਕਿਤੇ ਨਾ ਕਿਤੇ ਦੁਖੀ ਹੋਏ ਕਿਸਾਨਾਂ ਵੱਲੋਂ ਜਿਹੜਾ ਇਹ ਵੱਖਰੇ ਢੰਗ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਗਿਆ। ਦੇਖ ਸਕਦੇ ਹੋ ਤਸਵੀਰਾਂ ਦੇ ਅੰਦਰ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲੰਬੀਆਂ ਲਾਈਨ ਦੇ ਅੰਦਰ ਜਿਹੜੀ ਸੜਕ ਸਾਰੀ ਕਿੰਨੂਆਂ ਨਾਲ ਭਰੀ ਜਾ ਚੁੱਕੀ ਹੈ, ਦਰਜਨਾਂ ਟਰਾਲੀਆਂ ਜਿਹੜੀਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚਦੀਆਂ ਨੇ, ਜਿੱਥੇ ਕਿਸਾਨਾਂ ਵੱਲੋਂ ਇਹਦੇ ਨਾਲ ਕਿੰਨੂ ਨੂੰ ਜਿਹੜਾ ਸੜਕ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ, ਜਿੱਥੇ ਜਿਸ ਦੇ ਪਿੱਛੇ ਦਾ ਕਾਰਨ ਜਿਹੜਾ ਕਿਸਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਦਾ ਪਾ ਨਹੀਂ ਮਿਲ ਰਿਹਾ, ਜਿਸ ਦੇ ਕਰਕੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਗੱਲਬਾਤ ਕਰਦੇ ਹਾਂ ਵੀਰ ਜੀ, ਕੀ ਨਾਂ ਹੈ ਅਤੇ ਕਿਉਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ? ਮੈਂ ਕੁਲਵੀਰ ਸਿੰਘ ਸੰਧੂ, ਜੰਡਵਾਲਾ ਮੀਰਾ ਸਿੰਘਲਾ, ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ। ਕੀ ਕਾਰਨ ਰਿਹਾ ਕਿ ਤੁਸੀਂ ਅੱਜ ਸੜਕਾਂ ਦੇ ਉੱਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਕਿਉਂਕਿ ਪੁੱਤਾਂ ਵਾਂਗ ਜਿਹੜੀ ਇਹ ਫਸਲ ਤੁਸੀਂ ਪਾਲੀ ਸੀਗੀ ਪਰ ਅੱਜ ਇਹ ਸੜਕਾਂ 'ਤੇ ਕਿਉਂ ਸੜ ਦਿੱਤੀ? ਮਜਬੂਰੀ ਹੈ ਜੀ ਸਾਡੀ, ਸਾਨੂੰ ਸਾਡੀ ਫਸਲ ਦਾ ਭਾਅ ਨਹੀਂ ਮਿਲ ਰਿਹਾ, ਭਾਅ ਨਾ ਮਿਲਣ ਕਾਰਨ ਅਸੀਂ ਇੰਨੇ ਮਜਬੂਰ ਹੋ ਗਏ ਹਾਂ ਕਿ ਸਾਡੇ ਫਸਲ ਜਿਹੜੀ ਆ ਉਹ ਸਾਨੂੰ ਫਸਲਾਂ ਇੱਥੇ ਸੜਕਾਂ 'ਤੇ ਸੁੱਟਣੀ ਪੈ ਗਈ। ਕੋਈ ਗੱਲਬਾਤ ਨਹੀਂ ਹੋਈ ਪ੍ਰਸ਼ਾਸਨ ਨਾਲ? ਕੀ ਪ੍ਰਸ਼ਾਸਨ ਨਾਲ ਅਸੀਂ ਦੁਪਹਿਰ ਤੋਂ ਗੱਲਬਾਤ ਕਰ ਰਹੇ ਹਾਂ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਔਰ ਅਸੀਂ ਆਪਦੀਆਂ ਫਸਲ ਜਿਹੜੀ ਟਰਾਲੀਆਂ ਭਰ ਭਰ ਕੇ ਲਿਆਉਂਦੀ ਸੀ ਜਾਂ ਇਹਨੂੰ ਵੇਚੋ ਅਤੇ ਜਾਂ ਇਹਨੂੰ ਸੰਭਾਲੋ ਅਤੇ ਸਾਨੂੰ ਇਹਦਾ ਭਾਅ ਦਿਓ, ਲੇਕਿਨ ਸਾਨੂੰ ਕੁਛ ਨਹੀਂ ਮਿਲਿਆ। ਅਖੀਰ ਅਸੀਂ ਆਪਣੀਆਂ ਟਰਾਲੀਆਂ ਢੇਰੀ ਕਰਕੇ ਜਾ ਰਹੇ ਹਾਂ। ਮੰਗ ਕੀ ਹੈ ਜੀ ਤੁਹਾਡੀ? ਸਾਡੀ ਮੰਗ ਹੈ ਵੀ ਜੇ ਸਰਕਾਰ ਨੇ ਸਾਨੂੰ ਖੇਤੀ 'ਚ ਭਿੰਨਤਾ ਲਿਆਉਣ ਵਾਸਤੇ, ਦੂਸਰੀਆਂ ਫਸਲਾਂ ਲਵਾਉਣ ਵਾਸਤੇ ਸਾਨੂੰ ਕਿਹਾ ਸੀ, ਅਸੀਂ ਭਿੰਨਤਾ ਲਿਆਂਦੀ, ਦੂਸਰੀਆਂ ਫਸਲਾਂ ਦੇ ਵਿੱਚ ਅਸੀਂ ਬਾਗ ਨੂੰ ਚੁਣਿਆ, ਕਿੰਨੂ ਦੇ ਬਾਗ ਨੂੰ ਚੁਣਿਆ, ਲੇਕਿਨ ਕਿੰਨੂ ਦੇ ਬਾਗ ਦਾ ਸਾਨੂੰ ਵਾਜਬ ਮੁੱਲ ਨਾ ਮਿਲਣ ਕਰਕੇ ਅੱਜ ਅਸੀਂ ਮਜਬੂਰ ਹੋ ਕੇ ਆਹ ਕਿੰਨੂ ਸੜਕਾਂ 'ਤੇ ਲਿਆ ਕੇ ਸੁੱਟਿਆ। ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਬਾਗਬਾਨਾਂ ਨੂੰ ਜਿਹੜਾ ਹੁਣ ਨਵਾਂ ਫੈਸਲਾ ਜਿਹੜਾ ਸਰਕਾਰ ਦਾ ਆਇਆ ਸੀਗਾ ਮਿਡ ਡੇ ਮੀਲ ਦੇ ਅੰਦਰ ਜਿਹੜਾ ਕਿੰਨੂ ਦਿੱਤਾ ਜਾਏਗਾ ਬੱਚਿਆਂ ਨੂੰ, ਉਸ ਦੇ ਨਾਲ ਕੋਈ ਫਾਇਦਾ ਨਹੀਂ ਮਿਲਦਾ? ਬਿਲਕੁਲ ਸਾਨੂੰ ਫਾਇਦਾ ਮਿਲਦਾ, ਪਰ ਸਰਕਾਰ ਦੀਆਂ ਕੁਤਾਹੀਆਂ ਨੇ ਇਹਦੇ 'ਚ। ਸਰਕਾਰ ਮਹਾਰਾਸ਼ਟਰ ਤੋਂ ਕੇਲਾ ਲਿਆ ਕੇ ਬੱਚਿਆਂ ਨੂੰ ਮਿਡ ਡੇ ਮੀਲ ਦੇ ਵਿੱਚ ਦਿੰਦੀ ਹੈ ਅਤੇ ਉਹਦਾ ਕਾਫੀ ਸਾਰਾ ਜਿਹੜਾ ਸਾਡਾ ਕਿੰਨੂ ਆ ਉਹਦੇ ਵਿੱਚ ਖਪ ਜਾ ਸਕਦਾ, ਜੇ ਸਰਕਾਰ ਕੇਲੇ ਦੀ ਥਾਂ ਦੇ ਉੱਤੇ ਮਿਡ ਡੇ ਦੇ ਵਿੱਚ ਬੱਚਿਆਂ ਨੂੰ ਕਿੰਨੂ ਦੇਵੇ। ਲੇਕਿਨ ਸਾਡੇ ਇਸ ਕਿੰਨੂ ਨੂੰ ਸਰਕਾਰ ਨਾ ਯੂਜ਼ ਕਰਕੇ ਮਹਾਰਾਸ਼ਟਰ ਦਾ ਕੇਲਾ ਖਰੀਦ ਰਹੀ। ਹੁਣ ਫੈਸਲਾ ਤਾਂ ਸਰਕਾਰ ਨੇ ਕਹਿਤਾ ਕਿ ਮਿਡ ਡੇ ਮੀਲ ਦੇ ਅੰਦਰ ਕਦੇ ਨਹੀਂ ਅੱਜ ਤੱਕ ਦਿੱਤਾ ਨਹੀਂ ਸਾਡਾ, ਫਿਰ ਕਿੰਨੂ ਲੈਣ ਨਹੀਂ ਕਿਉਂ ਲੈਂਦੇ ਕਿਉਂ ਨਹੀਂ? ਹੁਣ ਜਲਦੀ ਜਿਹੜਾ ਫੈਸਲਾ ਲਾਗੂ ਕਦੇ ਨਹੀਂ ਕੀਤਾ ਲਾਗੂ, ਅੱਜ ਤੱਕ ਸਾਡੇ ਖੇਤਾਂ 'ਚ ਖੜਾ ਫੈਸਲਾ ਲਾਗੂ ਕਰਨ ਨਾਲ ਕੀ ਹੋ ਜੂਗਾ? ਜੇ ਸਾਡੇ ਖੇਤ 'ਚੋਂ ਚੁੱਕਣ ਲਾਂਗੇ 15 ਦਿਨਾਂ ਦੇ ਬਾਅਦ ਸਾਰਾ ਸਾਰਾ ਸਾਡਾ ਬਾਗ ਜਿਹੜਾ ਕਿੰਨੂ ਡਿੱਗ ਕੇ ਥੱਲੇ ਆ ਜੂਗਾ, ਫਿਰ ਫੈਸਲਾ ਕੀਤੇ ਦਾ ਕਾਹਦਾ ਫੈਸਲਾ ਹੋਇਆ? ਕਿੰਨਾ ਜੇ ਤੁਹਾਡੇ ਰਕਬੇ ਦੀ ਗੱਲ ਕਰ ਲਈ ਤਾਂ ਕਿੰਨਾ ਰਕਬਾ ਹੈਗਾ ਤੁਹਾਡਾ? ਅੱਜ ਸਾਡੇ ਕੋਲ 80% ਕਿੰਨੂ ਹੈ ਜੀ ਅਬੋਹਰ ਦੇ ਏਰੀਏ ਦੇ ਵਿੱਚ, ਖੂਹੀਆਂ ਸਰਵਰ ਦੇ ਏਰੀਏ 'ਤੇ, ਔਰ ਸਾਡੇ ਕੋਲੋਂ ਅੱਜ ਤੱਕ 40% ਜਿਹੜਾ ਮਾਲ ਹੈ ਸਾਡਾ ਚੁੱਕਿਆ ਗਿਆ, ਵਪਾਰੀਆਂ ਨੂੰ ਦਿੱਤਾ,
ਜਾਂ ਅਸੀਂ ਪ੍ਰਾਈਵੇਟ ਕਿਸੇ ਹੋਰ ਨੂੰ ਵੇਚਿਆ, 60% ਮਾਲ ਸਾਡਾ ਅਜੇ ਖੇਤਾਂ ਦੇ ਵਿੱਚ ਰੁਲਦਾ ਫਿਰਦਾ। ਬਿਲਕੁਲ ਜੀ, ਜਿਹੜੇ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜਿਹੜੇ ਬਾਗਬਾਨ ਜਿਹੜਾ ਜਿਨ੍ਹਾਂ ਵੱਲੋਂ ਕਿੰਨੂ ਦੀ ਪੈਦਾਵਾਰ ਕੀਤੀ ਗਈ ਸੀ, ਪਰ ਅੱਜ ਜਿਹੜਾ ਇਹ ਸੜਕਾਂ 'ਤੇ ਸੱਟਣ ਦੇ ਸੱਟ ਰਹੇ ਨੇ, ਜਿਸ ਦੇ ਪਿੱਛੇ ਦਾ ਕਾਰਨ ਕਿੰਨੂ ਦੇ ਭਾਅ ਜਿਹੜੇ ਦੱਸੇ ਜਾ ਰਹੇ ਨੇ। ਦੇਖ ਸਕਦੇ ਹੋ ਕਿ ਉਸਦੇ ਸੜਕ 'ਤੇ ਕਿੰਨੂ ਸੱਟਣ ਤੋਂ ਬਾਅਦ ਜਿਹੜੇ ਉਹਨਾਂ ਉੱਪਰ ਟਰੈਕਟਰ ਚਲਾਏ ਜਾ ਰਹੇ ਨੇ, ਪਰ ਦੂਜੇ ਪਾਸੇ ਇੱਥੇ ਮੌਕੇ 'ਤੇ ਜਿਹੜੀ ਪੁਲਿਸ ਵੀ ਮੌਜੂਦ ਹੈ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਹਦੀਆਂ ਤਸਵੀਰਾਂ ਨੇ ਫਾਜ਼ਿਲਕਾ ਦੀਆਂ, ਕਿ ਜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਉਗਰ ਹੋ ਚੁੱਕੇ ਨੇ ਕਿਸਾਨ, ਜਿਹੜਾ ਤਸਵੀਰਾਂ ਦੇ ਅੰਦਰ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਦੇ ਅੰਦਰ ਭਾਅ ਨਾ ਮਿਲਣ ਨੂੰ ਲੈ ਕੇ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ। ਇਸ ਵਾਰ ਜਿਹੜੀ ਹੈ ਨਹਿਰੀ ਪਾਣੀ ਦੀ ਸਪਲਾਈ ਅਤੇ ਹੋਰ ਸਾਧਨਾਂ ਦੇ ਕਰਕੇ ਇਸ ਵਾਰ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਅੰਦਰ ਕਿੰਨੂ ਦੀ ਹੋਈ ਸੀ, ਪਰ ਕਿਤੇ ਨਾ ਕਿਤੇ ਅੱਜ ਕਿਸਾਨ ਜਿਹੜਾ ਮਜਬੂਰ ਹੋ ਗਿਆ, ਜਿਸ ਦੇ ਪਿੱਛੇ ਦਾ ਕਾਰਨ ਜਿਹੜਾ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਭਾਅ ਨਹੀਂ ਮਿਲ ਰਿਹਾ, ਅਤੇ ਜਿਸ ਦੇ ਕਾਰਨ ਖੇਤਾਂ ਦੇ ਅੰਦਰ ਖੜ੍ਹੀ ਫਸਲ ਅੱਜ ਬਰਬਾਦ ਹੋ ਰਹੀ ਹੈ। ਅਤੇ ਅੱਜ ਉਹ ਮੰਗ ਕਰਨ ਲਈ ਆਏ ਸਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ, ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਲਈ ਆਏ ਸਨ। ਫਿਲਹਾਲ ਅਧਿਕਾਰੀਆਂ ਵੱਲੋਂ ਵੀ ਜਿਹੜਾ ਕਿਸਾਨਾਂ ਨੂੰ ਜਿਹੜਾ ਇਸ ਮਸਲੇ ਦੇ ਹੱਲ ਦੇ ਲਈ ਜਿਹੜਾ ਸਮਾਂ ਦਿੱਤਾ ਗਿਆ, ਸਮਾਂ ਜਿਹੜਾ ਨਿਰਧਾਰਿਤ ਕੀਤਾ ਗਿਆ, ਪਰ ਦੂਜੇ ਪਾਸੇ ਕਿਸਾਨ ਜਿਹੜੇ ਟਰੈਕਟਰ ਟਰਾਲੀ ਲੈ ਕੇ ਆਏ ਸਨ, ਉਹ ਟਰੈਕਟਰ ਟਰਾਲੀਆਂ ਜਿਹੜੀ ਇਹ ਅੱਜ ਸੜਕ 'ਤੇ ਕਿੰਨੂ ਜਿਹੜਾ ਸੜਕ 'ਤੇ ਸੜਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ, ਵੱਖਰੇ ਢੰਗ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਹੜਾ ਕਹਿ ਸਕਦੇ ਹਾਂ ਕਿ ਵੱਡੇ ਗੁੱਸੇ ਅਤੇ ਰੋਸ਼ ਵਿੱਚ ਜਿਹੜਾ ਕਿਸਾਨ ਅਤੇ ਬਾਗਬਾਨ ਦਿਖਾਈ ਦੇ ਰਿਹਾ। ਪਰ ਹੁਣ ਦੂਜੇ ਪਾਸੇ ਦੇਖਣਾ ਹੋਏਗਾ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਸਮਾਂ ਦਿੱਤਾ ਗਿਆ ਉਸ ਵਿੱਚ ਕੀ ਫੈਸਲਾ ਹੁੰਦਾ ਹੈ ਅਤੇ ਕਿਸਾਨ ਕੀ ਉਸ 'ਤੇ ਸਹਿਮਤੀ ਜਤਾਉਂਦੇ ਨੇ। ਡੈਟ ਐਸ ਡੀ ਐਮ ਆਫਿਸ ਹੁਣ 13/2/24 ਐਟ 11 MA2 ਡਰੈਸ ਦਾ ਇਸ਼ੂਜ ਆਫ ਪਰਚੇਜ ਆਫ ਕਿੰਨੂ ਥੱਲੇ ਸਹਿਣ ਹੈ ਸਰ ਦੇ, ਸਾਡੇ ਭਰਾ ਨੇ ਇਹਨਾਂ ਨਾਲ ਮੀਟਿੰਗਾਂ ਕਰਨੀਆਂ, ਇਹਨਾਂ ਨੇ ਸਾਡੀ ਆਵਾਜ਼ ਪਹੁੰਚਾਉਣੀ ਹੈ ਜੇ ਮਿਡ ਡੇ ਮੀਲ ਵਾਲਾ ਜੇ ਅਸੀਂ ਆਵਾਜ਼ ਚੱਕੀ ਹੈ ਤੇ ਇਹਨਾਂ ਨੇ ਆਵਾਜ਼ ਸਾਡੀ ਪਹੁੰਚਾਈ ਹੈ ਤੇ ਮਾਨ ਸਰਕਾਰ ਨੇ ਮੰਨੀ। ਸਰਕਾਰਾਂ ਸਾਡੀਆਂ ਦੁਸ਼ਮਣ ਨਹੀਂ ਗੀਆਂ, ਜਿਹੜੇ ਕੋਈ ਅਫਸਰ ਗਲਤ ਕੰਮ ਕਰਦੇ ਉਹ ਸਾਡੇ ਦੁਸ਼ਮਣ ਨੇ, ਜੇ ਸਰਕਾਰ ਚੰਗਾ ਕੰਮ ਕਰੇਗੀ ਤਾਂ ਅਸੀਂ ਇਹਨਾਂ ਦੇ ਨਾਲ ਹਾਂ, ਅਸੀਂ ਕਿਸੇ ਤੋਂ ਕਿੱਟ ਇੰਡੀਆ ਲੈਣੀ ਹੈ, ਕੋਈ ਵੀ ਸਰਕਾਰ ਚੰਗਾ ਕੰਮ ਕਰਦੀ ਹੈ ਆਮ ਲੋਕਾਂ ਲਈ ਤੇ ਅਸੀਂ ਡਟ ਕੇ ਖੜੇ ਹਾਂ, ਜੇ ਚੰਗਾ ਕਰਨਗੇ ਨਾਲ ਹਾਂ, ਜੇ ਨਹੀਂ ਚੰਗਾ ਕਰਨਗੇ ਵਿਰੋਧ 'ਚ ਖੜਾਂਗੇ, ਅਪੋਜੀਸ਼ਨ ਦਾ ਰੋਲ ਬਣਾਵਾਂਗੇ। ਇਹ ਥੋੜ੍ਹਾ ਵੀ ਸਾਰੇ ਚੁੱਪ ਪਿਆ ਗਏ ਲੀਡਰ, ਜਿਹੜੇ ਸੱਤਾ ਭੋਗ ਰਹੇ ਉਹ ਵੀ ਚੁੱਪ ਹੈ ਤੇ ਜਿਹੜੇ ਸੱਤਾ ਨਹੀਂ ਭੋਗ ਰਹੇ ਉਹ ਵੀ ਚੁੱਪ ਹੈ। ਜੇ ਕੋਈ ਬੋਲੂਗਾ ਨਹੀਂ, ਬਾਬਾ ਨਾਨਕ ਬੋਲਿਆ ਸੀ ਤਾਂ ਬਾਬਰ ਨਾਲ ਮੱਥਾ ਲਿਆ ਸੀ, ਬਾਬਰ ਨੂੰ ਜਾਬਰ ਕਿਹਾ ਸੀ ਬਾਬੇ ਨਾਨਕ ਦੇ। ਸਹਿਮਤੀ ਕੀ ਬਣੀ ਹੈ ਜੀ ਹੁਣ ਤੁਹਾਡੀ? ਕੋਈ ਸਹਿਮਤੀ ਨਹੀਂ, ਅਸੀਂ ਇੱਥੇ ਜਿਹੜਾ ਆਪਣਾ ਕਿਹਨੂੰ ਖਿਲਾਰਨਾ ਆਏ ਸੀ ਉਹ ਖਿਲਾਰਾਂਗੇ। ਜਿਹੜੀ ਇਹ ਮੀਟਿੰਗ ਹੈ 13 ਸਾਨੂੰ ਦਿੱਤੀ ਹੈ, ਜੇ ਇਹ ਮੀਟਿੰਗ ਬੋਰਡ ਦੇ ਵਿੱਚ ਕਿੱਥੇ ਖਿਲਾਰਿਆ ਜਾਵੇਗਾ? ਇੱਥੇ ਸੜਕ ਤੇ ਜਾਣਾ ਅੰਦਰ ਸੀ ਪਰ ਬੈਰੀਕੇਡ ਲੱਗੇ। ਕਿਹਨੂੰ ਦੇ ਬਾਗਵਾਨਾਂ ਦੀ ਗੱਲ ਕਰ ਲਈਏ ਤਾਂ ਕਿੰਨਾ ਏਕੜ ਰਕਬਾ ਜਿਹੜਾ ਅਬੋਹਰ ਦੇ ਅੰਦਰ ਹੈਗਾ ਜੀ ਕਿਹਨੂੰ ਦਾ? ਜੀ ਕਿਹਨੂੰ ਦੇ ਬਾਗਵਾਨਾਂ ਕੋਲ ਇਹ 60% ਜੀ ਪਿਆ ਜੀ, ਜਿਹੜਾ ਵਿਕਣ ਵਾਲਾ ਤੇ ਬਾਦਲ ਪਿੰਡ 20% ਹੈ, 80% ਸਾਡੇ ਆ, ਤੇ ਬਾਦਲਾਂ ਦਾ ਸਾਰਾ ਖਰੀਦ ਲਿਆ 1100 ਏਕੜ, ਤੇ 200 ਏਕੜ ਹੁੰਦੇ ਪ੍ਰਿੰਸੀਪਲ ਸੈਕਟਰੀ ਦਾ, 100 ਏਕੜ ਹੁੰਦੇ ਹੋਰ ਰਿਸ਼ਤੇਦਾਰ ਦਾ, ਤੇ ਅਬੋਹਰ ਵਾਲੇ ਕਿੱਥੇ ਜਾਣਗੇ? ਜੇ ਆਮ ਲੋਕਾਂ ਦੇ ਤੁਸੀਂ ਜਾਓ ਯਾਰ, ਅਸੀਂ ਕੀ ਕਹਿੰਦੇ ਹਾਂ, ਤੁਸੀਂ ਜਾਓ ਆਮ ਲੋਕਾਂ ਦੇ ਬਾਗ ਖਰੀਦੋ, ਲੋਕ ਆਪ ਕਹਿਣਗੇ ਯਾਰ ਤੁਸੀਂ ਤਾਂ ਧਰਨੇ ਲਾਈ ਜਾਂਦੇ ਪਾਗਲ ਹੋ, ਸਾਡਾ ਤਾਂ ਬਾਗ ਸਰਕਾਰ ਖਰੀਦੀ ਜਾਂਦੀ ਹੈ। ਆਹ ਮੂਰਖ ਥੋੜ੍ਹਾ, ਲੋਕ ਜੇ ਟਰੈਕਟਰ ਦਾ ਤੇਲ ਬਾਲ ਕੇ ਆਏ, ਪੱਲੋਂ ਤੇਲ ਪਾ ਕੇ ਆਏ ਆ, ਸਵੇਰ ਦੇ ਖੜੀ ਜਾਂਦੇ। ਹੁਣ ਮੰਗ ਕੀ ਹੈ? ਮੰਗ ਹੈ ਸਾਡਾ ਕਿੰਨੂ ਦਾ ਰੇਟ ਪੰਜਾਬ ਐਗਰੋ ਖਰੀਦੇ ਤੇ ਉਹਦੀ ਤੋੜ ਲਵਾਵੇ।
ਆਵੇ ਜਲਦੀ ਤੋਂ ਜਲਦੀ। ਤੇ ਉਹ ਜਿਹੜਾ ਫੈਕਟਰੀ ਚਿੱਟਾ ਹੱਥੀ ਬਣਾਇਆ ਕਰੋੜਾਂ ਰੁਪਏ ਲੱਗਿਆ, ਉਹਨੂੰ ਚਲਾਓ, ਉਹਨੂੰ 5000 ਕੁਇੰਟਲ ਟਨ ਕਪੈਸਿਟੀ ਹੁੰਦੀ ਰੋਜ਼ ਦੀ ਜੂਸ ਕੱਢਣ ਦੀ। ਕਿੰਨਾ ਨੁਕਸਾਨ ਕਿੰਨਾ ਬਾਗਵਾਨਾਂ ਦਾ ਜੀ? ਨੁਕਸਾਨ ਸਾਰਾ ਹੀ ਨੁਕਸਾਨ ਹੈ, ਕੁਝ ਹੀ ਨਹੀਂ ਪੱਲੇ ਜੀ। ਇਹਨੂੰ ਪੱਟ ਪੱਟ ਕੇ ਤੇ ਉਹ ਝੋਨਾ ਲਾਉਣਗੇ ਤੇ ਪਾਣੀ ਫਿਰ ਥੱਲੇ ਜਾਊਗਾ, ਮਰਾਂਗਾ, ਮਰੂਗਾ ਆਪਣਾ ਪੰਜਾਬ ਹੀ, ਮਰਨਾ ਆਪਾਂ ਹੀ ਹੈ, ਪਰ ਕਰੇਗੀ ਜ਼ਿਮੀਦਾਰ ਭੁੱਖਾ ਥੋੜਾ ਮਰ ਜੇ ਜੀ। ਤੁਸੀਂ ਸੰਤੁਸ਼ਟ ਨਹੀਂ ਹੋ ਪ੍ਰਸ਼ਾਸਨ ਦੇ ਇਸ ਆਸ਼ਵਾਸਨ ਦੇ ਨਾਲ? ਸਾਰੇ ਤਾਂ ਮੀਟਿੰਗ ਹੈ ਸਰ, ਆਸ਼ਵਾਸਨ ਕੀ ਉਹਨਾਂ ਨੇ ਸਾਨੂੰ ਰੇਟ ਥੋੜਾ ਦੇਤਾ ਵੀ ਤੁਹਾਨੂੰ 20 ਰੁਪਏ ਲੈਣੇ ਆ ਤੁਹਾਡਾ, ਲੈ ਕਿਨੂੰ ਹੁਣੇ ਚੱਕਦੇ ਆ। ਇਹ ਸਰ ਮੀਟਿੰਗ ਹੈ। ਕੀ ਨਾਮ ਜੀ ਆਪਣਾ? ਸੁਖਜਿੰਦਰ ਸਿੰਘ, ਰਾਜਨ ਬੋਰ ਤੋਂ। ਪੰਜਾਬ ਐਗਰੋ ਕਿਸਾਨਾਂ ਦੀ ਭਲਾਈ ਵਾਸਤੇ ਬਣੀ ਸੀ, ਪਰ ਅਫਸੋਸ ਏ ਸੁਖਬੀਰ ਬਾਦਲ ਦਾ ਇਹਨਾਂ 11000 ਕੁਇੰਟਲ ਕਿਨੂੰ ਖਰੀਦਿਆ ਤੇ ਸਭ ਤੋਂ ਉੱਚੇ ਰੇਟ ਤੇ ਖਰੀਦਿਆ। ਬਾਦਲ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਰਹੇ DS ਬੈਂਸ ਦਾ ਇਹਨਾਂ ਨੇ 2000 ਕੁਇੰਟਲ ਖਰੀਦਿਆ, ਸਭ ਤੋਂ ਉੱਚੇ ਰੇਟ ਤੇ ਖਰੀਦਿਆ। ਜਦ ਕਿ ਹਬੋਰ ਇਲਾਕਾ ਕੈਲੀਫੋਰਨੀਆ ਕਿਹਾ ਜਾਂਦਾ, 90% ਬਾਗ ਸਾਡੇ ਨੇ ਤੇ ਸਾਡੇ ਉਹਨਾਂ ਬਾਗ ਹੀ ਨਹੀਂ ਖਰੀਦਿਆ। 40 ਕਰੋੜ ਦੀ ਆਲਮਗੜ੍ਹ ਜੂਸ ਫੈਕਟਰੀ 2006 'ਚ ਖੋਲ੍ਹੀ, ਉਹ ਵੀ ਇਹਨਾਂ ਨੇ ਸਾਡੇ ਵਾਸਤੇ ਨਹੀਂ ਚਲਾਈ। ਜੇ ਉਹ ਚਲਾਈ ਹੁੰਦੀ, ਇਹ ਇਕੱਲੇ ਹਬੋਰ ਦੇ 70-80 ਪਿੰਡਾਂ 'ਚ ਕਿਨੂੰ ਹੈ, ਇਹ ਪੂਰਾ ਵਰਲਡ ਖਾਣ ਵਾਲਾ, ਅਸੀਂ ਕਹਿੰਦੇ ਬੰਪਰ, ਇਹ ਤਾਂ ਕਿਨੂੰ ਲੱਭੇ ਹੀ ਨਾ। ਕਿਨੂੰ 25-30 ਰੁਪਏ ਰੇਟ ਹੋਣਾ ਚਾਹੀਦਾ ਘੱਟ ਤੋਂ ਘੱਟ ਕਿਨੂੰ ਦਾ, ਪਰ ਉਹ ਰੁੱਲ ਰਿਹਾ। ਬੜੀ ਵੱਡੀ ਮਨੋਪਲੀ ਕੰਮ ਕਰਦੀ, ਉੱਧਰ ਬਾਦਲ ਪਰਿਵਾਰ ਦਾ ਤਾਂ ਉੱਧਰ ਐਗਰੋ ਵਾਲੇ ਸਾਂਭ ਲੈਂਦੇ ਨੇ, ਉੱਧਰ ਹੀ ਪਲਾਂਟ ਚੱਲਦਾ, ਇੱਧਰ ਦੇ ਜਿਹੜੇ ਘਰਾਣੇ ਨੇ ਇਹਨਾਂ ਦੇ ਮਗਰ ਉਹ ਪਲਾਂਟਾਂ ਵਾਲੇ ਫਿਰਦੇ ਨੇ। ਦੱਸੋ ਤੁਹਾਡਾ ਕਿਦਮ ਤੋੜ ਲਾਈਏ ਅਤੇ ਜਿਹੜੇ ਅਸੀਂ ਵੋਟਾਂ ਪਾਉਣੇ ਹਾਂ, ਸਭ ਤੋਂ ਬੁੱਧੂ ਅਸੀਂ ਹੋ ਗਏ ਜਿਹੜੇ ਅਸੀਂ ਅੱਜ ਸੜਕਾਂ 'ਤੇ ਬੈਠੇ ਹਾਂ ਆਪਦੀ ਫਸਲ ਵੇਚਣ ਲਈ, ਵੀ ਸਾਡੀ ਫਸਲ ਲੈ ਲਓ। ਅਤੇ ਅਫਸੋਸ, ਅਸੀਂ ਐਂ ਲੱਗਦਾ ਜਿਵੇਂ ਇੱਥੇ ਹਿੰਦ ਪਾਕਿਸਤਾਨ ਦਾ ਕੋਈ ਯੁੱਧ ਹੋਣ ਲੱਗਾ, ਪੁਲਿਸ ਐਂ ਖਿਲਾਰਤੀ ਹੈ ਵੀ ਸਾਡਾ ਤਾਂ ਪੁਲਿਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਅਸੀਂ ਇੱਕ ਆਮ ਕਿਸਾਨ ਨਾਤੇ, ਜਿਹੜਾ ਸਾਡਾ ਮੁੱਖ ਮੰਤਰੀ ਕਹਿੰਦਾ ਤੁਸੀਂ ਦਫ਼ਤਰਾਂ 'ਤੇ ਜਾ ਕੇ ਪ੍ਰਦਰਸ਼ਨ ਕਰੋ, ਅਸੀਂ ਤਾਂ DC ਦਫ਼ਤਰ 'ਤੇ ਚੱਲਿਆ, ਹੁਣ ਅਸੀਂ ਨਹੀਂ ਸੜਕ ਰੋਕੀ, ਸੜਕ ਸਾਨੂੰ ਪ੍ਰਸ਼ਾਸਨ ਨੇ ਰੁਕਵਾਈ ਵੀ, ਇੱਥੇ ਸੜਕ 'ਤੇ ਬਹਿ ਜਾਓ। ਦੇਖੋ ਸਾਡੇ ਕੋਲ ਇੱਕੋ ਹੀ ਸਾਡਾ ਜਿਹੜਾ ਮਕਸਦ ਹੈ, ਆਪਦੀ ਆਵਾਜ਼ ਨੂੰ ਬੁਲੰਦ ਕਰਨਾ, ਸੁੱਤੀ ਬੋਲੀ ਸਰਕਾਰ ਨੂੰ ਜਗਾਉਣਾ। ਉਹ ਕਿਵੇਂ ਜਗਾਉਣਾ? ਉਹ ਸਾਡੇ ਕੋਲ, ਅਸੀਂ ਦਿੱਲੀ ਮੋਦੀ ਨੂੰ ਹਰਾਇਆ 13 ਮਹੀਨੇ ਦਰੀ 'ਤੇ ਬਹਿ ਕੇ, ਇੱਥੇ ਦਰੀ 'ਤੇ ਜਿੱਥੇ ਸਾਨੂੰ ਇਹ ਰੋਕਣਗੇ ਉੱਥੇ ਅਸੀਂ ਐਵੇਂ ਦਰੀਆਂ ਵਿਛਾ ਕੇ ਅਤੇ ਆਰਾਮ ਨਾਲ ਬਹਿ ਜਾਣਾ। ਇਹ ਸਮਝ ਲਓ ਸਾਡਾ ਮੋਰਚਾ, ਜਿੰਨਾ ਚਿਰ ਜਿਹੜਾ ਅਸੀਂ ਪ੍ਰੋਗਰਾਮ ਲੀਕਿਆ ਸਾਨੂੰ ਨਹੀਂ ਕਰਨ ਦਿੰਦੇ, ਅਸੀਂ ਡਟੇ ਹੋਏ ਹਾਂ ਮੈਦਾਨ 'ਤੇ। ਜੀ ਸਵੇਰੇ 10 ਵਜੇ ਦਾ ਸਾਡਾ ਟਾਈਮ ਸੀ ਆਲਮਗੜ੍ਹ ਚੌਂਕ ਤੋਂ ਤੁਰਨ ਦਾ, ਕਿਨੂੰ ਦੀਆਂ ਟਰਾਲੀਆਂ ਆ ਤੁਹਾਡੇ ਸਾਹਮਣੇ, ਟਰਾਲੀਆਂ ਮਗਰ ਨੇ ਅਸੀਂ ਲੈ ਕੇ ਤੁਰੇ ਹਾਂ। ਪਹਿਲੇ ਤਾਂ ਸਾਨੂੰ ਬਾਈਪਾਸ 'ਤੇ ਰੋਕ ਲਿਆ ਜੀ, ਤੁਹਾਡੀ ਮੀਟਿੰਗ ਕਰਾਉਣੇ ਆ, SDM ਜਲਾਲਾਬਾਦ ਆਏ ਬੈਠੇ ਆ ਅਤੇ ਐਗਰੋ ਵਾਲੇ ਆਏ ਵੇ, ਤੁਹਾਡੇ ਬਾਗ ਦੀ ਅੱਜ ਹੀ ਖਰੀਦ ਚਾਲੂ ਹੋਊਗੀ, 2-3 ਘੰਟੇ ਸਾਡੇ ਉੱਥੇ ਖਰਾਬ ਕਰਾਤੇ ਜੀ, ਹਾਂਜੀ ਚੱਲੋ ਜੀ ਤੁਹਾਡਾ ਨਾਲ ਬਾਗ ਖਰੀਦਦੇ ਹਾਂ। ਉਹ ਆ ਗਏ ਪੰਜਾਬ ਐਗਰੋ ਵਾਲੇ ਆ ਗਏ, DSP ਮੁੰਡਨ ਸਾਹਿਬ ਵੀ ਆ ਗਏ ਅਤੇ ਬਾਕੀ ਵੀ ਸਾਰੇ ਪੰਜਾਬ ਐਗਰੋ ਵਾਲੇ ਵੀ ਆ ਗਏ, ਤਹਿਸੀਲਦਾਰ ਸਾਹਿਬ ਵੀ ਆ ਗਏ ਅਤੇ ਆ ਕੇ ਜੀ ਇੱਥੇ ਜੀ ਫਿਰ ਕਹਿੰਦੇ ਜੀ ਵੀ ਅੱਜ ਲਿਖਾ ਦਿਓ ਅਤੇ ਖਰੀਦਾਂਗੇ ਬਾਅਦ 'ਚ। ਅਸੀਂ ਕਿਹਾ ਮੌਕੇ 'ਤੇ ਇੱਕ ਬਾਗ ਆ ਤਾਂ ਰੇਟ ਲਾ ਦਿਓ, ਅਤੇ ਉਹਦਾ ਰੇਟ ਲਾਉਣ 'ਤੇ ਵੀ ਸਾਨੂੰ ਉੱਥੇ ਘੰਟਾ ਖਰਾਬ ਕਰਤਾ। ਅਖੀਰ ਅਸੀਂ ਟਰਾਲੀਆਂ ਲੈ ਕੇ ਤੁਰ ਪਏ ਹਾਂ ਅਤੇ ਅਸੀਂ ਤੀਰ ਵਾਲੇ ਲਾ ਕੇ ਆ ਕੇ ਇਹਨਾਂ ਨੇ ਬੈਰੀਕੇਡ ਲਾ ਦੇ ਆ ਜਿੱਥੇ ਸਾਨੂੰ ਇਹਨਾਂ ਨੇ ਰੋਕ ਲਿਆ। ਅਸੀਂ DC ਦਫ਼ਤਰ ਜਾਣਾ, ਉੱਥੇ ਕਿਨੂੰ ਟਰਾਲੀਆਂ ਖਿਲਾਰ ਕੇ ਲੋਕਾਂ 'ਚ ਰੋਸ ਪ੍ਰਦਰਸ਼ਨ ਕਰਨਾ ਵੀ ਸਾਡੇ ਕਿਨੂੰ ਦਾ ਕੀ ਹਾਲ ਹੋ ਰਿਹਾ। ਪ੍ਰਸ਼ਾਸਨ ਰੋਕਦਾ ਇੱਥੇ ਤਣਾਅ ਨੂੰ ਸਥਿਤੀ ਬਣੂਗੀ, ਜਿਵੇਂ ਦਿੱਲੀ ਵਾਂਗ ਨੂੰ ਬੈਰੀਕੇਡ ਤੋੜੇ ਸੀ ਉਵੇਂ ਤੋੜ ਕੇ ਲੰਘਾਂਗੇ। ਸਾਡੇ ਯੋਧੇ ਮਗਰੋਂ ਆ ਰਹੇ ਆ, ਅਸੀਂ ਬੈਰੀਕੇਡ ਤੋੜ ਕੇ ਅਤੇ ਫਾਜ਼ਿਲਕਾ DC ਦਫ਼ਤਰ ਪਹੁੰਚਣਾ ਜਾਂ ਸਾਡੇ ਬਾਗ ਇੱਥੇ ਸੜਕ 'ਤੇ ਬੈਠੇ ਆ ਖਰੀਦ ਕਰਨ, ਸਾਨੂੰ ਲਿਸਟ ਦੇਣ ਅਤੇ ਰੇਟ ਦੱਸਣ ਵੀ ਤੁਹਾਡੇ ਬਾਗ ਜ਼ਰੂਰਤ, ਅੱਜ ਦੇ ਤੋੜ 'ਤੇ ਅਸੀਂ ਕੀ ਰੇਟ ਲੈਂਦੇ। ਸਮੱਸਿਆ ਸਾਡੀ ਇਹ ਹੈ ਜੀ ਵੀ ਸਰਕਾਰ ਨੇ ਸਾਨੂੰ ਅੱਜ ਤੋਂ 10-15 ਸਾਲ ਪਹਿਲਾਂ ਤੋਂ ਰੌਲਾ ਪਾਉਣਾ ਸ਼ੁਰੂ ਕੀਤਾ ਸੀ ਵੀ ਝੋਨੇ ਲਾਉਂਦੇ ਹੋ ਅਤੇ ਜਦੋਂ ਝੋਨਾ ਵੱਢ ਲੈਂਦੇ ਉਹ ਤੋਂ ਬਾਅਦ ਪਰਾਲੀ ਸਾੜਦੇ ਹੋ ਅਤੇ ਪ੍ਰਦੂਸ਼ਣ ਫੈਲਦਾ। ਸਾਡੇ ਕਿਸਾਨਾਂ ਨੇ ਉਸ ਦਾ ਬਦਲਾਅ ਲਿਆਂਦਾ,
ਬਾਗਾਂ ਵਾਲੇ ਪਾਸੇ ਅਸੀਂ ਆਏ, ਕਿੰਨੂ ਦੀ ਫਸਲ ਪੈਦਾ ਕਰਨੀ ਸ਼ੁਰੂ ਕੀਤੀ। ਉਸ ਕਿੰਨੂ ਦੀ ਫਸਲ ਪੈਦਾ ਕੀਤੀ ਤਾਂ ਸਾਨੂੰ ਅੱਜ ਨਤੀਜਾ ਇਹ ਮਿਲਿਆ ਵੀ ਅਸੀਂ ਉਹ ਫਸਲ ਜਦੋਂ ਬਾਗਾਂ ਦੀ ਖੇਤਾਂ 'ਚ ਵੇਚਣ ਜਾਂਦੇ ਮੰਡੀ ਦੇ ਵਿੱਚ ਅਤੇ ਸਾਨੂੰ ਉਹਦਾ ਭਾਅ ਹੀ 4-5 ਰੁਪਈਏ ਦੇ ਰਹੇ ਆ, ਜਦੋਂ ਕਿ ਝੋਨੇ ਵਾਲੇ ਜਿਹੜੇ ਨੇ ਉਹ 1-1.5 ਲੱਖ ਰੁਪਈਆ ਕਮਾ ਰਹੇ ਆ, ਔਰ ਅਸੀਂ 45,000 ਰੁਪਈਆ ਸਾਲ ਦਾ ਕਿੱਲੇ ਦਾ ਖਰਚਾ ਕਰਕੇ ਅਤੇ 60,000 ਰੁਪਈਆ ਅਸੀਂ ਕਮਾ ਰਹੇ ਹਾਂ, ਅਤੇ ਕਿਸਾਨ ਜਾਊਗਾ ਕਿੱਧਰ ਨੂੰ? ਅਸੀਂ ਉਹ ਪ੍ਰੋਟੈਸਟ ਕਰਨ ਵਾਸਤੇ ਐਸ ਡੀ ਸੀ ਦਫ਼ਤਰ 'ਤੇ ਆਏ ਹਾਂ ਫਾਜ਼ਿਲਕਾ। ਉਹ ਤੋਂ ਬਾਅਦ ਹੁਣ ਸਾਡੇ ਅਫਸਰ ਸਾਹਿਬਾਨ ਆਏ ਨੇ, ਉਹ ਸਾਨੂੰ ਦੱਸਣਗੇ ਵੀ ਕੀ ਰਸਤਾ ਤੁਸੀਂ ਅਪਣਾਉਣਾ। ਕਿੰਨੇ ਪਿੰਡਾਂ ਤੋਂ ਕਿਸਾਨ ਜਿਹੜੇ ਇੱਥੇ ਪਹੁੰਚੇ ਨੇ ਜੀ? ਇਹ ਅਬੋਹਰ ਏਰੀਏ ਦੇ ਤਕਰੀਬਨ ਸਾਰੇ ਪਿੰਡਾਂ ਤੋਂ ਕਿਸਾਨ ਆਏ। ਕਿੰਨੀਆਂ ਟਰੈਕਟਰ ਟਰਾਲੀਆਂ ਨੇ? 60-70 ਟਰੈਕਟਰ ਟਰਾਲੀਆਂ। ਅੱਛਾ ਜੀ, ਅਤੇ ਹੁਣ ਫੈਸਲਾ ਕੀ ਹੈ ਜੀ? ਦੇਖੋ ਜੀ, ਸਾਡਾ ਤਾਂ ਫੈਸਲਾ ਹੈ ਵੀ ਅਸੀਂ ਤਾਂ ਲਿਆ ਕੇ ਅਤੇ ਆਹ ਤੁਹਾਡੇ ਬੂਹੇ ਕੇ ਢੇਰੀ ਕਰ ਦੇਣਾ ਇਹਨਾਂ ਡੀ ਸੀ ਸਾਹਿਬ ਦੇ ਬੂਹੇ ਕੇ। ਔਂਕੜਾਂ ਕੀ ਆਈਆਂ ਜੀ ਰਸਤੇ? ਔਂਕੜਾਂ ਤੁਹਾਡੇ ਸਾਹਮਣੇ ਰਸਤੇ ਸਾਨੂੰ ਤੁਰਨ ਹੀ ਨਹੀਂ ਦਿੰਦੇ ਸੀਗੇ, ਜਿੱਥੇ ਰੋਕ ਤੁਰਦੇ ਸੀ ਉਦੋਂ ਹੀ ਰੋਕ ਲੈਂਦੇ ਸੀ। ਆਹ ਪਿੱਛੇ ਮੈਡਮ ਖੇੜੀ ਕਹਿੰਦੀ ਸਾਨੂੰ ਭੁੱਖਿਆ ਮਾਰਤਾ, ਮੈਡਮ ਰੋਟੀਆਂ ਅਸੀਂ ਵੀ ਸਵੇਰ ਦੀਆਂ ਖਾਧੀਆਂ, ਸਾਨੂੰ ਲੰਗਰ ਨਹੀਂ ਮਿਲਿਆ, ਅਸੀਂ ਭੁੱਖੇ ਮਰੀ ਜਾਂਦੇ, ਫਿਰ ਤੁਹਾਨੂੰ ਅਸੀਂ ਕਿੱਥੋਂ ਲਿਆ? ਸਹਿਮਤੀ ਕੀ ਬਣੀ? ਹੁਣ ਸਹਿਮਤੀ ਕੀ ਬਣੀ ਹੈ ਜੀ? ਸਹਿਮਤੀ ਅਜੇ ਤੱਕ ਕੁਛ ਨਹੀਂ ਬਣੀ, ਗੱਲਬਾਤ ਉਹ ਡੀ ਸੀ ਮੈਡਮ ਨਾਲ ਕਰ ਰਹੇ ਇਹਦੇ 'ਤੇ, ਇਹਨੇ ਜਿਹੜੇ ਮਾਰਕ ਫੈਟ ਕਿਹੜੇ ਨੇ ਆਪਣੇ ਪੰਜਾਬ ਐਗਰੋ ਵਾਲਿਆਂ ਦੇ ਆਫਿਸਰ ਆਉਣਗੇ ਮੰਗਲਵਾਰ ਨੂੰ ਤੁਹਾਡੇ ਨਾਲ ਗੱਲ ਕਰਾਂਗੇ। ਠੀਕ ਹੈ, ਹੁਣ ਤੁਹਾਡਾ ਕੀ ਫੈਸਲਾ ਜੀ? ਸਾਡਾ ਇਹ ਫੈਸਲਾ ਵੀ ਜਿਹੜਾ ਅਸੀਂ ਕਿੰਨੂ ਲਿਆਂਦਾ ਉਹਨੂੰ ਅਸੀਂ ਸੁੱਟ ਕੇ ਜਾਵਾਂਗੇ। ਜੋ ਕਿਸਾਨਾਂ ਦੀ ਆਪਦੀ ਮੰਗ ਸੀ ਇਸ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਦਿੱਤੀ ਗਈ, ਉਹਨਾਂ ਦੋਨਾਂ ਦਾ ਆਪਸ 'ਚ ਰਾਜੀਨਾਮਾ ਹੋ ਗਿਆ, ਇਸ ਸੰਬੰਧੀ 12 ਤਰੀਕ ਨੂੰ ਹੋਰ ਅਸੀਂ ਉਸ 'ਚ ਮੀਟਿੰਗ ਕੀਤੀ ਜਾਏਗੀ। ਉਹ ਦੋਨਾਂ ਦਾ ਮੀਟਿੰਗ ਤੋਂ ਬਾਅਦ ਇਹ ਫਾਈਨਲ ਹੋ ਗਿਆ ਵੀ ਉੱਥੇ 12 ਤਰੀਕ ਨੂੰ ਹੋਰ ਮੀਟਿੰਗ ਕੀਤੀ ਜਾਏਗੀ। ਹੁਣ ਸੜਕ ਨੂੰ ਸਾਫ਼ ਕਰਾਉਣ ਲਈ ਕਿੱਦਾਂ ਦਾ? ਸਾਡੇ ਵੱਲੋਂ ਈਓ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਜਿਹੜੀ ਸੜਕ ਦਾ ਰਸਤਾ ਠੀਕ ਕਰਾਇਆ ਜਾਵੇ। ਕਿੰਨੀਆਂ ਕੁ ਟਰਾਲੀਆਂ ਸੀਗੀਆਂ ਜਿਹੜਾ ਜਿਹਨਾਂ ਵੱਲੋਂ ਇਹ? 7-8 ਟਰਾਲੀਆਂ ਹੈਗੀਆਂ।